ਸਾਡੀ ਪਾਰਟੀ ਦੇ ਅਟਾਰੀ ਬਲਾਕ ਵੱਲੋਂ ਜਿਹੜੇ ਦੇ ਪੱਖ ਦੇ ਮਸਲੇ ਖਾਸ ਕਰਕੇ ਜਿਨ੍ਹਾਂ ਦੇ ਵਿੱਚ ਨਸ਼ਿਆਂ ਦਾ ਮਾਮਲਾ ਜਦੋਂ ਤੋਂ ਪਾਕ ਲਗਾਤਾਰ ਵੱਧ ਰਹੇ ਆ, ਰੇਤ ਦਾ ਮਾਈਨਿੰਗ ਜਿਹੜਾ ਉਹ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਔਰ ਉਹਦੇ ਨਾਲ ਦੀ ਨਾਲ ਅੱਜ ਜਿਹੜਾ ਫੌਰੀ ਤੌਰ 'ਤੇ ਮਸਲਾ ਵਾਪਰਿਆ ਹਿੰਦੁਸਤਾਨ ਦੇ ਅੰਦਰ ਕਿ ਕਸ਼ਮੀਰ ਦੇ ਅੰਦਰ ਜੰਮੂ ਕਸ਼ਮੀਰ ਸਟੇਟ ਨੂੰ ਤੋੜ ਕੇ ਉਹਨੂੰ ਜਿਹੜਾ ਦੋ ਹਿੱਸਿਆਂ 'ਚ ਵੰਡ ਕੇ ਯੂਟੀ ਦਾ ਦਰਜਾ ਦੇ ਕੇ ਜੋ ਉੱਥੋਂ ਦੇ ਲੋਕਾਂ ਦਾ ਕਾਣ ਕੀਤਾ ਜਾ ਰਿਹਾ ਉਹਦੇ ਪ੍ਰੋਟੈਸਟ ਵਜੋਂ ਅਸੀਂ ਅੱਜ ਦੀ ਇਹ ਮੀਟਿੰਗ ਆਉਂਦੀ ਜਿਹੜਾ ਤਸ਼ੱਦਦ ਦਾ ਜਾਂ ਹਥਿਆਰਾਂ ਦੇ ਜ਼ੋਰ 'ਤੇ ਕਿਸੇ ਦਾ ਮਨ ਨਹੀਂ ਜਿੱਤਿਆ ਜਾ ਸਕਦਾ, ਜਦੋਂ ਵੀ ਕਿਤੇ ਜਿੱਤਿਆ ਗਿਆ ਹੈ ਲੋਕਾਂ ਨੂੰ ਪੀਸ ਨਾਲ ਜਿੱਤਿਆ ਗਿਆ। ਯਾਰ ਕੋਲੋਂ ਇਹ ਮੰਗ ਕਰਦੇ ਹਾਂ ਵੀ ਜਿੱਥੇ ਉਹਨੇ ਵਾਅਦਾ ਕੀਤਾ ਸੀ ਮੈਂ 4 ਹਫ਼ਤਿਆਂ ਦੇ ਅੰਦਰ ਅੰਦਰ ਨਸ਼ਿਆਂ ਦੇ ਤਸਕਰਾਂ ਦਾ ਜਿਹੜਾ ਲੱਕ ਤੋੜ ਕੇ ਪੰਜਾਬ 'ਚੋਂ ਨਸ਼ਾ ਖਤਮ ਕਰ ਦੂੰ, ਪਰ 2.5 ਸਾਲ ਦੇ ਰਾਜ ਪ੍ਰਬੰਧ ਤੋਂ ਬਾਅਦ ਵੀ ਕੋਈ ਚੀਜ਼ ਅਜੇ ਅਮਲ 'ਚ ਹੋਣ 'ਚ ਨਹੀਂ ਆਈ। ਜਿਹੜਾ ਇੱਕ ਇਤਿਹਾਸਕ ਪਿੰਡ ਆ ਸਾਡੇ ਗਦਰੀ ਬਾਬਿਆਂ ਦਾ, ਪਿੰਡ ਅੰਦਰ ਨਸ਼ਿਆਂ ਦਾ ਇੰਨਾ ਬਾਏ ਬਹਾਜ ਹੋ ਰਿਹਾ ਜਿਹਦੇ ਵਿੱਚ ਅੱਜ ਤੱਕ 25 ਤੋਂ 30 ਲੋਕ ਜਿਹੜੇ ਆ ਉਹ ਜਾਨ ਤੋਂ ਹੱਥ ਧੋ ਚੁੱਕੇ ਆ। ਇਸ ਕਰਕੇ ਅਸੀਂ ਅੱਜ ਸਰਕਾਰ ਦਾ ਪੁਤਲਾ ਫੂਕਣ ਦਾ ਫੈਸਲਾ ਕੀਤਾ ਤਾਂ ਕਿ ਸਰਕਾਰ ਨੂੰ ਜਿਹੜੀ ਕੂਕ ਸੁੱਤੀ ਆ ਉਹਨੂੰ ਜਗਾਇਆ ਜਾ ਸਕੇ। ਸਰਕਾਰ ਮੁਰਦਾਬਾਦ, ਨਸ਼ਿਆਂ ਨੂੰ ਰੋਕਣ ਦਾ ਪ੍ਰਬੰਧ ਕਰੋ, ਪ੍ਰਬੰਧ ਕਰੋ, ਬਿਜਲੀ ਦੇ ਰੇਟਾਂ 'ਚ ਵਾਧਾ ਕੀਤਾ, ਵਾਪਸ ਲਓ।